ਸਾਡੇ ਬੱਚੇ ਜਿਹੜੇ ਨੇ ਪੰਜਾਬ ਦੇ ਪੇਰੈਂਟਸ ਜਿਹੜੇ ਨੇ ਸਾਡੇ ਬੱਚਿਆਂ ਦੇ ਉਹਨਾਂ ਦਾ ਟ੍ਰੈਂਡ ਜਿਹੜਾ ਪ੍ਰਾਈਵੇਟ ਸਕੂਲਾਂ ਵੱਲ ਜ਼ਿਆਦਾ ਹੋ ਗਿਆ। ਅਸੀਂ ਉਹ ਸੋਚ ਰਹੇ ਸੀ ਕਿ ਸਾਡੇ ਸਕੂਲ ਜਿਹੜੇ ਨੇ, ਕਿਉਂਕਿ ਅਸੀਂ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਆ ਉਹ ਦਿੰਦੇ ਹਾਂ ਸਕੂਲਾਂ 'ਚ, ਸੋ ਫੀਸ ਵੀ ਬੱਚਿਆਂ ਦੀ ਤੁਹਾਨੂੰ ਪਤਾ ਅਸੀਂ ਲੈਂਦੇ ਨਹੀਂ, ਬਹੁਤ ਘੱਟ ਫੀਸ ਨਾ ਲੈਦੇ ਬਰਾਬਰ ਹੀ ਆ। ਸੋ ਸਾਡਾ ਜੋ ਅਸੀਂ ਟੋਟਲ ਅਸੀਂ ਹਿਸਾਬ ਆਪਣਾ ਲਾਇਆ ਇੱਕ ਬੱਚੇ 'ਤੇ ਤਕਰੀਬਨ 3000 ਮੈਨੂੰ ਮਿਲਿਆ ਪਰ ਬੱਚਾ ਜਿਹੜਾ ਸਾਡਾ ਖਰਚਾ ਹੁੰਦਾ ਐਜੂਕੇਸ਼ਨ 'ਚ, ਫਿਰ ਤੁਰਨਾ ਸਾਡੀ ਐਜੂਕੇਸ਼ਨ ਠੀਕ ਹੋ ਗਈ। ਇਹ ਅਸੀਂ ਅੱਜ ਸਾਰੀ ਚਰਚਾ ਕੀਤੀ ਆ, ਸੋ ਬੜੀ ਲੰਮੀ ਮੀਟਿੰਗ ਕੀਤੀ ਆ, ਸੋ ਇਹਦੇ ਰਿਜ਼ਲਟ ਅਗਲੇ ਸਾਲ ਇਹਨਾਂ ਮੀਟਿੰਗਾਂ ਦੇ ਬਹੁਤ ਵਧੀਆ ਹੋਣਗੇ। ਸਾਡੇ ਸਾਰੇ ਜਿਸ ਤਰ੍ਹਾਂ ਸਾਡੇ ਸੈਕਟਰੀ ਐਜੂਕੇਸ਼ਨ ਨੇ ਮਿਹਨਤ ਕਰ ਰਹੇ ਨੇ, ਇਮਾਨਦਾਰੀ ਨਾਲ ਮਿਹਨਤ ਕਰ ਰਹੇ ਨੇ, ਸੋ ਸਾਰੇ ਅਫਸਰਾਂ ਨੂੰ ਅਜੇ ਕਿਹਾ ਮੈਂ, ਚੇਅਰਮੈਨ ਸਾਹਿਬ ਵੀ, ਸੋ ਸਾਰੇ ਅਫਸਰਾਂ ਨੂੰ ਅਜੇ ਕਿਹਾ ਕਿ ਅਸੀਂ ਜਿਹੜੀ ਇਹ ਸੇਵਾ ਐਜੂਕੇਸ਼ਨ ਦੀ ਸੇਵਾ ਸੇਵਾ ਸਮਝ ਕੇ ਕਰਨੀ, ਮੈਂ ਸਾਰਿਆਂ ਨੂੰ ਕਿਹਾ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਜਿਹੜੀ ਉਹ ਬਰਦਾਸ਼ਤ ਨਹੀਂ ਹੋਏਗੀ। ਸਾਰੇ ਅਫਸਰ ਇਮਾਨਦਾਰੀ ਨਾਲ ਕੰਮ ਕਰਨ ਤਾਂ ਹੀ ਸਾਡੀ ਪੰਜਾਬ ਦੀ ਜਿਹੜੀ ਐਜੂਕੇਸ਼ਨ ਠੀਕ ਹੋਏਗੀ, ਸਰਕਾਰੀ ਜਿਹੜੇ ਸਾਡੇ ਸਕੂਲ ਨੇ ਉਹਨਾਂ ਦੀ ਐਜੂਕੇਸ਼ਨ ਤਾਂ ਹੀ ਠੀਕ ਹੋਏਗੀ ਜੇ ਅਸੀਂ ਸਾਰੇ ਪਿੰਡ ਨੂੰ ਠੀਕ ਹੋਵਾਂਗੇ। ਕਿ ਜੀ ਇੱਕ ਵਾਰ ਵੇਖੋ, ਮੈਂ ਤਾਂ ਕਹਿ ਰਿਹਾ ਵੀ ਟੀਚਰਾਂ ਦੀਆਂ ਬਦਲੀਆਂ ਜਿਹੜੀਆਂ ਹੋਣੀਆਂ ਨਹੀਂ ਚਾਹੀਦੀਆਂ, ਮੈਂ ਇੱਕ ਵਾਰ ਕਰਦੀਆਂ ਨੇ, ਹੁਣ ਬਦਲੀਆਂ ਅਸੀਂ ਜਨਰਲ ਕਰ ਰਹੇ ਹਾਂ, ਇੱਕ ਅੱਧੇ ਦਿਨ 'ਚ ਹੀ ਕਰ ਦੇਣੀਆਂ, ਉਸ ਤੋਂ ਬਾਅਦ ਬਦਲੀ ਜਿਹੜੀ ਹੈ ਨਾ ਬਦਲੀਆਂ ਕੋਈ ਹੱਲ ਨਹੀਂ, ਉਸ ਤੋਂ ਬਾਅਦ ਛੇਤੀ ਬਦਲੀ ਨਹੀਂ ਹੋਊਗੀ ਐਜੂਕੇਸ਼ਨ ਦੇ ਡਿਪਾਰਟਮੈਂਟ, ਬਸ ਤੁਸੀਂ ਵੇਖੋਗੇ ਨਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਹਾਂ ਬੜੀਆਂ ਸੀ, ਦੋ ਚਾਰ ਚੀਜ਼ਾਂ ਛੱਡਣੀਆਂ ਨੇ, ਕੋਈ ਵੇਖੋ ਪਰਮਾਤਮਾ ਨਾ ਕਰੇ ਕਈ ਵਾਰ ਕੋਈ ਇਹੋ ਜਿਹੀ ਪਟੀਸ਼ਨ ਆ ਜਾਂਦੀ ਹੈ, ਕੋਈ ਰੋਗ ਹੀ ਇਹੋ ਜਿਹਾ ਆ ਜਾਂਦਾ। ਅੱਜ ਕੱਲ੍ਹ ਵੇਖੋ ਤੁਸੀਂ ਕੈਂਸਰ ਦੇ ਬੜੇ ਮਰੀਜ਼ ਆ ਜਾਂਦੇ ਨੇ, ਕੋਈ ਵਿਡੋ ਆ ਜਾਂਦੀ ਆ, ਕੋਈ ਬਲਾਈਂਡ ਆ ਜਾਂਦਾ, ਕੋਈ ਤੁਸੀਂ ਵੇਖੋ ਵੀ ਕੋਈ ਕਿਡਨੀ ਦਾ ਪੇਸ਼ੈਂਟ ਆ ਜਾਂਦਾ, ਸੋ ਇਹਨਾਂ ਵਾਸਤੇ ਉਹਨਾਂ ਦੀ ਸਾਨੂੰ ਸੁਣਨੀ ਪਏਗੀ। ਹਾਂ ਜਿਹੜੇ ਇਹ ਚੀਜ਼ਾਂ ਨੇ ਸਾਡੇ ਕੋਲ ਆ ਗਈਆਂ, ਕੋਈ ਬੇਟੀ ਆ ਉਹਦੀ ਸ਼ਾਦੀ ਕਿਤੇ ਦੂਰ ਹੋ ਜਾਂਦੀ ਆ, ਉਹਦੇ ਵਾਸਤੇ ਆ ਉਹ ਅਸੀਂ ਵੇਖਾਂਗੇ, ਬਾਕੀ ਜਿਹੜੀ ਸਾਡੀਆਂ ਬਦਲੀਆਂ ਦਾ ਸਿਸਟਮ ਆ ਉਹ ਜਿਹੜਾ ਹੁਣ ਕਰ ਦਿਆਂਗੇ।